ਲੁਧਿਆਣਾ ਦੀ ਦਾਣਾ ਮੰਡੀ ਸਥਿਤ ਸਬਜ਼ੀ ਮੰਡੀ ਚ ਮਾਫੀਆ ਵੱਲੋਂ ਕਥਿਤ ਤੌਰ ਤੇ ਨਜਾਇਜ਼ ਵਸੂਲੀ ਕੀਤੇ ਜਾਣ ਦਾ ਆਰੋਪ ਲਗਾ ਕੇ ਧਰਨੇ ਤੇ ਬੈਠੇ ਸਬਜ਼ੀ ਵੇਚਣ ਵਾਲਿਆਂ ਦੇ ਸਮਰਥਨ ਚ ਲੋਕ ਇਨਸਾਫ਼ ਪਾਰਟੀ ਅਤੇ ਅਕਾਲੀ ਦਲ ਉਤਰ ਆਏ ਨੇ। ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਅਤੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਨੇ ਸਬਜ਼ੀ ਵੇਚਣ ਵਾਲਿਆਂ ਦੀ ਮੁਸ਼ਕਿਲਾਂ ਨੂੰ ਸੁਣਿਆ। ਬੈਂਸ ਨੇ ਆਰੋਪ ਲਗਾਇਆ ਕਿ ਜੋ ਮਾਫੀਆ ਪਹਿਲਾਂ ਅਕਾਲੀ ਭਾਜਪਾ ਦੀ ਛੱਤਰ ਛਾਇਆ ਚ ਚੱਲ ਰਿਹਾ ਸੀ, ਉਹ ਹੁਣ ਕਾਂਗਰਸ ਚਲਾ ਰਹੀ ਹੈ। ਉਹਨਾਂ ਕਿਹਾ ਕਿ ਉਹ ਸਬਜ਼ੀ ਵੇਚਣ ਵਾਲਿਆਂ ਦੇ ਨਾਲ ਸਚਿਵ ਮੰਡੀ ਬੋਰਡ ਨੂੰ ਮਿਲਣਗੇ। ਪੰਜਾਬ ਦੇ ਅੰਦਰ ਜਿਹੜਾ ਮਾਫੀਆ ਲਫ਼ਜ਼ ਹੈ ਨਾ, ਉਹ ਐਡੀ ਵੱਡੀਆਂ ਡੂੰਘਾ ਜੜ੍ਹਾਂ ਉਹਦੀਆਂ ਹੋ ਗਈਆਂ, ਬਾਬਾ ਬੋਰਡ ਬਣ ਗਿਆ। ਇਹ ਗਰੀਬ ਵਿਚਾਰੇ 2:30 ਵਜੇ 2 ਵਜੇ ਉੱਠ ਕੇ ਰਾਤ ਨੂੰ ਪਹਿਲੇ ਪੈਰ ਆਪਣਾ ਪਰਿਵਾਰ ਦਾ ਰੋਜ਼ੀ ਰੋਟੀ ਪਾਲਣ ਲਈ ਆਉਂਦੇ ਆ ਅਤੇ ਮਾਫੀਆ ਤੰਗ ਕਰਕੇ ਗੈਰ ਕਾਨੂੰਨ ਤਰੀਕੇ ਦੇ ਨਾਲ ਵਸੂਲੀ ਕਰ ਰਿਹਾ। ਆ ਬਾਹਰ ਫੜੀਆਂ ਲੱਗੀਆਂ ਨੇ ਇਹਨਾਂ ਕੋਲ, ਵਸੂਲੀ ਹੋਰ ਕੀਤੀ ਜਾ ਰਹੀ ਆ। ਸਫਾਈ ਦਾ ਨਾਮੋ ਨਿਸ਼ਾਨ ਨਹੀਂ ਮੰਡੀ ਦੇ ਵਿੱਚ, ਜਿਹੜੇ ਸਫਾਈ ਸੇਵਕ ਆ ਉਹ ਅਫਸਰ ਸਵਾਨਾ ਦੇ ਘਰਾਂ ਦੇ ਵਿੱਚ ਰੋਟੀਆਂ ਪਕਾਉਣ 'ਤੇ ਲੱਗੇ ਹੋਏ ਆ। ਸੋ ਇਹਨਾਂ ਮਜ਼ਦੂਰ ਸਾਥੀਆਂ ਦੀਆਂ ਦਿੱਕਤਾਂ ਸੁਣਨ ਤੋਂ ਬਾਅਦ ਮੈਂ ਇਹਨਾਂ ਨੂੰ ਇਨਸ਼ੋਰ ਕੀਤਾ ਵੀ ਜਿਹੜੇ ਸੈਕਟਰੀ ਮੰਡੀ ਬੋਰਡ ਹੈਗੇ ਆ ਮੈਂ ਉਹਨਾਂ ਦੇ ਨਾਲ ਗੱਲ ਕਰਦਾ, ਇੱਥੇ ਧਰਨਾ ਲਾਏ ਦਾ ਕੀ ਫਾਇਦਾ। ਇਹਨਾਂ ਨੂੰ ਲੈ ਕੇ ਜਾਊਂਗਾ ਸੈਕਟਰੀ ਦੇ ਦਫ਼ਤਰ ਦੇ ਵਿੱਚ, ਜਿਹੜਾ ਬਾਬੂ ਏ ਸੀ ਛੱਡ ਕੇ ਬੈਠਾ, ਇਹਨਾਂ ਦੀਆਂ ਦਿੱਕਤਾਂ ਦਾ ਸਮਾਧਾਨ ਕਰਾਉਣ ਵਾਸਤੇ ਲੁੱਟ ਮਾਫੀਆ ਨੂੰ ਨਕੇਲ ਪਾਉਣ ਵਾਸਤੇ ਮੈਂ ਮਜ਼ਦੂਰ ਸਾਥੀਆਂ ਨੂੰ ਇਨਸ਼ੋਰ ਕੀਤਾ ਵੀ ਚਿੰਤਾ ਨਾ ਕਰੋ, ਜਦੋਂ ਬਿੱਲੇ ਨੂੰ ਸੇਕ ਲੱਗਦਾ ਬਲੂੰਗੜੇ ਉਦੋਂ ਪੈਰਾਂ ਥੱਲੇ ਆਉਂਦੇ ਆ। ਜਿਹੜੇ ਲੋਕਲ ਪੱਧਰ ਦੇ ਅਫਸਰ ਆ, ਜਿੰਨੀ ਦੇਰ ਤੱਕ ਉੱਪਰ ਵੱਡੇ ਬਿੱਲਿਆਂ ਨੂੰ ਸੇਕ ਨਹੀਂ ਲੱਗਣਾ, ਇਹ ਬੰਦੇ ਨਹੀਂ ਬਣਨੇ। ਸੋ ਇਹ ਮੈਂ ਫਿਰ ਇਨਸ਼ੋਰ ਕਰੂੰਗਾ, ਗਰੀਬ ਸਾਥੀ ਆ ਇਹਨਾਂ ਦੀਆਂ ਦਿੱਕਤ ਦਾ ਸਮਾਧਾਨ, ਲੁੱਟ ਬੰਦ ਕਰਾਉਣਾ ਮੇਰੀ ਡਿਊਟੀ। ਪਰ ਉਹਨਾਂ ਲੋਕ ਸਭਾ ਚੋਣਾਂ ਦਾ ਬਾਈਕਾਟ ਨਾ ਕਰਨ ਦੀ ਅਪੀਲ ਕੀਤੀ। ਮੈਂ ਉਹਨਾਂ ਨੂੰ ਇਹ ਵੀ ਕਿਹਾ ਵੀ ਤੁਸੀਂ ਲੋਕ ਸਭਾ ਇਲੈਕਸ਼ਨ ਦਾ ਬਾਈਕਾਟ ਨਾ ਕਰੋ। ਉਹ ਮਾਫੀਆ ਜਿਹੜਾ ਕਿਸੇ ਵੇਲੇ ਬਾਦਲਾਂ ਦੇ ਗੁਰਗੇ ਚਲਾਉਂਦੇ ਸੀ 10 ਸਾਲ, ਬਾਦਲ ਬਦਲੀ ਹੋ ਗਏ, ਮਾਫੀਆ ਬਦਲੀ ਨਹੀਂ ਹੋਇਆ, ਫੇਸ ਬਦਲੀ ਹੋ ਗਏ, ਹੁਣ ਕਾਂਗਰਸ ਦੇ ਗੁਰਗੇ ਚਲਾ ਰਹੇ। ਤੁਸੀਂ ਜਿਹੜੇ ਲੋਕ ਮਾਫੀਆ ਰਨ ਕਰ ਰਹੇ ਆ ਨਾ, ਉਹਨਾਂ ਦਾ ਬਾਈਕਾਟ ਕਰੋ। ਲੋਕਤੰਤਰ ਮਤਦਾਨ ਪੇਟੀ ਦੇ ਗਰਭ ਦੇ ਵਿੱਚੋਂ ਪੈਦਾ ਹੁੰਦਾ, ਤੁਸੀਂ ਮਾਲਕ ਹੋ ਲੋਕਤੰਤਰ ਦੇ। ਇਲੈਕਸ਼ਨ ਦਾ ਬਾਈਕਾਟ ਨਾ ਕਰੋ, ਉਹਨਾਂ ਲੋਕਾਂ ਦਾ, ਉਹਨਾਂ ਪਾਰਟੀਆਂ ਦਾ ਜਿਹੜੀਆਂ ਪਾਰਟੀਆਂ ਦੀ ਸਰਪ੍ਰਸਤੀ ਹੇਠ ਇੱਥੇ ਗੁੰਡਾਗਰਦੀ ਕਰਦੇ ਹੋਏ ਲੁੱਟ ਦਾ ਮੰਜ਼ਰ ਹੈ, ਉਹਨਾਂ ਦਾ ਬਾਈਕਾਟ ਕਰੋ। ਬਿਊਰੋ ਰਿਪੋਰਟ, ਲੁਧਿਆਣਾ ਵਿਊ।